वाहिगुरु जी का खालसा, वाहिगुरु जी की फतेह। आज ही साडा बेटा फोन लेके आया, 13 प्रो, बहुत ही सोहना चेहरा वाले आ रहे। हां जी, कनौर तो लेके आए हैं। अच्छा, कनौर दे हैं? हां जी, कनौर से। चलो वधिया वधिया। फोन तेरे को पहले भी सीखा, फिर हुन मार्केट गया सी कि मम्मा मैंने भी चाहिए फोन तेरे लिए। हां, फोन है जी। हां जी, आ देखो जी, फोन है। तीन कैमरे बहुत ज्यादा क्लैरिटी है जी। अपने दो वाला था, पहला 11 आज मम्मा देखो थोड़ा पोता फोन लेके आया, आ देखो, पूछ रहे किन्ने का लेके आया बेटा थोड़ा? किन्ने का लेके आया? 1,20,000 ਇਹ ਕਿ ਆਪਣਾ ਪਿੱਛੇ ਪਿੱਛੇ ਨਾਲ ਲੈਣਾ ਆਪਣੇ ਹਾਂ ਵੱਡਿਆਂ ਨੇ ਹਾਂ ਇਹ ਬੜੇ ਨੇ ਸੀਗਾ ਆਪਣੇ ਰੰਜੋਤ ਨੇ ਜੀ ਸਾਲ ਹੋਇਆ ਹਾਂ ਸਾਲੇ ਹੋਏ ਸੀਗਾ 70,000 ਦੇ ਫਿਰ ਨੇ ਇਹਨਾਂ ਤੇ ਇਹਨੇ ਮੰਨਤੀ ਦਿੰਦੇ ਤੇ ਦੋਨੇ ਭੈਣ ਭਰਾ ਮਾਰੀ ਗੱਲਬਾਤ ਕਰ ਲਈ ਆਪਦੇ ਵਿੱਚ ਹੁਣ ਭੈਣ ਭਰਾ ਵਧੀਆ ਹੋ ਗਿਆ ਸੁਖ ਨੂੰ ਆਪਾਂ ਨੇ ਐਕਸੈਸ ਦਵਾਇਆ ਸੀ ਪਹਿਲਾਂ ਸੁਖ ਨੂੰ ਆਪਾਂ ਨੇ ਹੁਣ 3-4 ਮਹੀਨੇ ਪਹਿਲਾਂ ਦਵਾ ਦਿੰਦੇ ਹਾਂ ਉਹ ਐਕਸੈਸ ਹਾਂ ਉਹ 10ਵਾਂ ਨੰਬਰ ਹੋ ਗਿਆ 11ਵਾਂ ਜਿੱਦਾਂ 13ਵਾਂ ਉਹ ਸੋਹਣਾ ਫੋਨ ਹੈ
ਬਸ ਉਹੀ ਹੈ ਕੰਪਨੀਆਂ ਘਟੀ ਜਾਂਦੀਆਂ ਨੇ ਇਹ ਕਿ ਬੱਚੇ ਦਾ ਮਨ ਦੇਖ ਦੇਖ ਹੋਰ ਵਧੀ ਜਾਂਦਾ ਨਹੀਂ ਤਾਂ ਉਹ ਤੇਰਾ ਮਮਾ ਹੈ ਮਮਾ ਹੈ ਅਗਲਾ ਚੌਥਾ ਵਾ ਜਿਹੜਾ ਹੈ ਨਾ ਕੁਛ ਦੇਖ ਲੈ ਦੇਖੇ ਹੋ ਗਈ ਕਿਆ ਵੀ ਆਪਾਂ ਨਿਕਲਿਆ ਤੂੰ ਵੀ ਫੜਿਆ ਹੱਥ ਕਿਸ ਪਾਣੀ ਕਿੰਨਾ ਹਾਂ ਵਜ਼ਨ ਤਾਂ ਬਹੁਤ ਬੈਟਰੀ ਵੇਖੋ ਜਿਆਦਾ ਹੋ ਗਿਆ ਪਹਿਲਾਂ ਆਈਫੋਨ ਦਾ ਘਟਦਾ ਪਹਿਲੇ ਇਨਕਾ ਬਹੁਤ ਘਟਦਾ ਕਿੰਨਾ ਮੈਂ ਕਿਹਾ ਨਿਕਲ ਬਹੁਤ ਬੈਟਰੀ ਨਾ ਉਹ ਸੱਚ ਲੜ ਵੀ ਜਾਂਦਾ ਨਹੀਂ ਤੂੰ ਮੋਡ ਚਲਾ ਲੈ ਇੱਕ ਦਿਨ ਰੋਚ ਨਵੇਂ ਤੇ ਨਵੇਂ ਕਰੀ ਜਾਣੀ ਮੈਂ ਤਾਂ ਉਹੀ ਕਿਹਾ ਬੱਚਿਆਂ ਨੂੰ ਮੈਂ ਕਿਹਾ ਹੁਣ ਆਪਣਾ ਮਨ ਟਿਕਾਓ ਹੋਰ ਠੀਕ ਹੋ ਜੇ ਇਹ ਠੀਕ ਦਾ ਵੀ ਠੀਕ ਹੈ ਹੁਣ ਇੱਥੇ ਤੱਕ ਐਥੇ ਤੱਕ ਪਹੁੰਚ ਗਏ ਬਾਬਾ ਜੀ ਕਿਰਪਾ ਨਾਲ ਬਹੁਤ ਸਾਰਾ ਬਾਬਾ ਜੀ ਕਿਰਪਾ ਜੀ ਬੱਚਿਆਂ ਦੇ ਚਲੋ ਵਧੀਆ ਸੁਸਾਨ ਦੇ ਕੁਝ ਪਾਪਾ ਬਹੁਤ ਸਪੋਰਟ ਕਰਦੇ ਨੇ ਜੀ ਬੱਚਿਆਂ ਨੂੰ ਜੇ ਪਾਪਾ ਦੀ ਸਪੋਰਟ ਨਾਲ ਹੋਈ ਜਿਹਦੇ ਬੱਚੇ ਲੈ ਸਕਦੇ ਨੇ ਮੈਂ 70 ਜਾ ਰਹੀ 70 ਜਾ ਰਹੀ ਬਿਲਿੰਗ ਜਾ ਰਹੀ ਹਾਂ ਇਹ ਸੀਗਾ ਨਾ ਇਹ ਆ ਸੀਗਾ 70 ਦਾ डब्बा नहीं लगे चलावे छोटा सब महंगा देखो बच्चा नशा तो दूर रहे मेन चीज है बच्चा नशा तो दूर रहे फोना का कोई डर नहीं बच्चे देखो बर्तन की चीज है चंगी तरह अपना बच्चा समझदार कोई डर नहीं क्योंकि पेरेंट्स जो ना होंगे ही बच्चा कुछ ले सकता है बच्चा कला नहीं ले सकता है ਕਿਉਂਕਿ ਇਹਦੇ ਮੰਮੀ ਪਾਪਾ ਚਾਰੇ ਨਾਲ ਨੇ ਦੋਵੇਂ ਮੰਮਾ ਤੇ ਦੋਨੋਂ ਪਾਪਾ ਇਹਦੇ ਨਾਲ ਸਪੋਰਟ ਫੁੱਲ ਕਰ ਰਹੇ ਦਾਦੀ ਮਾਂ ਵੀ ਫੁੱਲ ਸਪੋਰਟ ਕਰ ਰਹੇ ਕਿਉਂਕਿ ਸਾਰੀ ਫੈਮਿਲੀ ਸਾਡੀ ਇਹਦੇ ਨਾਲ ਹੈ ਕਿਉਂਕਿ ਬਿਲਕੁਲ ਸਹੀ ਬੱਚਾ ਹੈ ਮਤਲਬ ਗੁਰਸਿੱਖ ਬੱਚਾ ਹੈ ਜੀ ਸਾਰਿਆਂ ਨੂੰ ਮੈਂ ਇਹੀ ਕਹਿਣਾ ਚਾਹਾਂਗੀ ਵੀ ਗੁਰਸਿੱਖ ਬਣੋ ਜਿੰਨਾ ਆਪਾਂ ਸਿੱਖ ਬਣਾਂਗੇ ਹੈ ਨਾ ਨਸ਼ੇ ਤੋਂ ਦੂਰ ਰਹਾਂਗੇ ਆਪਣੇ ਮਾਂ ਬਾਪ ਵੀ ਖੁਸ਼ ਹੋ ਕੇ ਆਪਾਂ ਨੂੰ ਖੁਦ ਹੀ ਦਵਾ ਦੇਣਗੇ ਪਰਮਾਤਮਾ ਦਾ ਦਵਾ ਸੀ ਇਹ ਤਾਂ ਬਾਬਾ ਜੀ ਦੀ ਕਿਰਪਾ ਆਪਾਂ ਕੋਣ ਅਸੀਂ ਵੀ ਕੋਣ ਦਵਾਣੇ ਵਾਲੇ ਅਸੀਂ ਵੀ ਦਵਾ ਸਕਦੇ ਜੀ ਇਹ ਤਾਂ ਪਰਮਾਤਮਾ ਦੀ ਦੇਣ ਸੱਚੇ ਪਾਤਸ਼ਾਹ ਨੇ ਦਵਾਇਆ ਜੀ ਇਹਨੂੰ ਉਸੇ ਦੀ ਦਾਤ ਬਖਸ਼ੀ ਹੋਈ ਹੈ ਵੀ ਜਿੰਨਾ ਆਪਾਂ ਪਰਮਾਤਮਾ ਨੂੰ ਲਵਾਂਗੇ ਪਰ ਬਾਬਾ ਜੀ ਆਟੋਮੈਟਿਕਲੀ ਆਪਣੇ ਤੇ ਕਿਰਪਾ ਕਰ ਦਿੰਦੇ ਸਹੀ ਗੱਲ ਚਲੋ ਠੀਕ ਹੈ ਜੀ ਅਮੀਦ ਕਰਾਂ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇਗੀ ਸਾਡੀ ਵੀਡੀਓ ਲਾਈਕ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਅਗਲੀ ਵੀਡੀਓ 'ਚ ਫੇਰ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਰ ਖਾਕੀ ਰੰਗ ਮੋੜ ਥਾਰੇ ਅੱਕੇ ਲਸ਼ਕਰ।